ਮੇਰਾ weight ਅੱਜ ਤੋਂ ਲਗਾਤਾਰ ਪਹਿਲਾਂ 153 160 ਐਸੇ ਅਰਾਊਂਡ ਰਹਿੰਦਾ ਸੀ ਬਟ ਇਟਸ ਨੈਵਰ ਇਫੈਕਟ ਔਨ ਮਾਈ ਬੋਡੀ ਲਾਈਫ ਮੇਰੀ ਵਧੀਆ ਹੋ ਜਾਏਗੀ ਅੱਗੇ ਦੇ ਨਾਲੋਂ ਨਮਸਕਾਰ ਮੈਂ ਅਭਿਜੀਤ ਦੁੱਗਲ ਬਟਾਲਾ ਡਿਸਟ੍ਰਿਕਟ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਮੈਂ ਐਜ ਏ ਕੰਟਰੈਕਟਰ ਜੋਬ ਕਰਦਾ ਅਤੇ ਮੈਂ ਤੁਹਾਡੇ ਸਾਹਮਣੇ ਜਿੱਦਾਂ ਬੈਠਾ ਹੋਇਆ ਮੇਰਾ weight ਅੱਜ ਤੋਂ ਲਗਾਤਾਰ ਪਹਿਲਾਂ 158 160 ਐਸੇ ਅਰਾਊਂਡ ਰਹਿੰਦਾ ਸੀ ਮੈਂ ਆਪਣੀ ਸਿਹਤ ਅਤੇ ਆਪਣੇ ਹੋਰ ਆਦਤਾਂ ਤੋਂ ਬਹੁਤ ਜ਼ਿਆਦਾ ਤੰਗ ਆ ਗਿਆ ਸੀ ਆਪਣੀ ਬੋਡੀ ਤੋਂ ਕਿ ਮੇਰੇ ਨਾਲ ਕੀ ਚੱਲ ਰਿਹਾ ਕਿ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਆਪ ਨੂੰ ਘਟਾਵਾਂ ਉਹਦੇ ਵਾਸਤੇ ਮੈਂ ਬਹੁਤ ਤਰੀਕੇ ਸੋਚੇ ਬਹੁਤ ਕੁਛ ਕੀਤਾ ਬਟ ਇਟਸ ਨੈਵਰ ਇਫੈਕਟ ਔਨ ਮਾਈ ਬੋਡੀ ਕਿ ਤੁਸੀਂ ਆਪਣਾ ਖਾਣਾ ਕੰਟਰੋਲ ਕਰਦੇ ਹੋ ਮਹੀਨਾ ਜਾਂ 15 ਦਿਨ ਕੰਟਰੋਲ ਕਰੋਗੇ ਜਾਂ 2 ਮਹੀਨੇ ਕੰਟਰੋਲ ਕਰੋਗੇ ਆਪਣਾ 5 ਕਿਲੋ ਵੇਟ ਘਟਾਓਗੇ ਫਿਰ ਉਸ ਤੋਂ ਬਾਅਦ ਪੁਰਾਣੀ ਆਦਤ ਆ ਜਾਂਦੀ ਹੈ ਤਾਂ ਫਿਰ ਇਨਸਾਨ ਦਾ 5 ਤੋਂ 10 ਕਿਲੋ ਵੇਟ ਵੱਧ ਜਾਂਦਾ ਇਨ ਦਾ ਮੀਨ ਵਾਈਲ ਮੈਂ ਆਪਣੀ ਲਾਈਫ ਤੋਂ ਆਪਣਾ ਵੇਟ ਤੋਂ ਇੰਨਾ ਪਰੇਸ਼ਾਨ ਸੀ ਉਸੇ ਦੇ ਵਿੱਚ ਮੈਂ ਪਿਛਲੇ 4 ਤੋਂ 5 ਸਾਲ ਦੇ ਵਿੱਚ ਬਾਇਰੀਆਟ੍ਰਿਕ ਸਰਜਰੀਜ਼ ਬਾਰੇ ਕਾਫੀ ਸੁਣਿਆ ਸੀ ਤੇ ਕਾਫੀ ਸਟੱਡੀ ਵੀ ਕਰ ਰਿਹਾ ਸੀ ਆਨਲਾਈਨ ਆਪਣੀ ਡਿਊਰਿੰਗ ਇਸ ਆਨਲਾਈਨ ਸਟੱਡੀਜ਼ ਦੇ ਵਿੱਚ ਮੈਨੂੰ ਡਾਕਟਰ ਅਮੀ ਸੂਦ ਜੀ ਦਾ ਨਾਮ ਨਿਕਲ ਕੇ ਆਇਆ ਪਿਛਲੇ 15 ਦਿਨਾਂ ਤੋਂ ਮੈਂ ਦੇਖਿਆ ਉਹਨਾਂ ਦੇ ਕਾਫੀ ਰਿਵਿਊ ਚੈਨਲਸ ਤੇ ਦੇਖੇ ਕਾਸਮਿਕ ਸਰਜਰੀ ਸੈਂਟਰ ਵਾਲੇ ਸੁਣਿਆ ਡਾਕਟਰ ਸਾਹਿਬ ਦੇ ਰਿਵਿਊ ਦੇਖੇ ਪੜੇ ਤੇ ਮੈਂ ਉਹਨਾਂ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ ਉਹਨਾਂ ਦੀ ਅੰਮ੍ਰਿਤਸਰ ਓਪੀਡੀ ਸੀ ਅੰਮ੍ਰਿਤਸਰ ਓਪੀਡੀ 'ਚ ਆ ਕੇ ਉਹਨਾਂ ਨੂੰ ਵਿਜ਼ਿਟ ਕੀਤਾ ਮੈਨੂੰ ਉਹਨਾਂ ਦਾ ਨੇਚਰ ਬਹੁਤ ਹੀ ਵਧੀਆ ਲੱਗਾ ਜਾ ਕੇ ਉਹਨਾਂ ਨੂੰ ਮਿਲਣ ਕੇ ਮੈਨੂੰ ਵਿਸ਼ਵਾਸ ਹੋਇਆ ਠੀਕ ਹੈ ਇਹੀ ਡਾਕਟਰ ਸਾਹਿਬ ਨੇ ਜਿੰਨਾ ਕੋਲ ਮੈਂ ਆਪਣਾ ਟ੍ਰੀਟਮੈਂਟ ਕਰਾਵਾਂ ਤੇ ਮੈਨੂੰ ਲਾਈਫ ਮੇਰੀ ਵਧੀਆ ਹੋ ਜਾਏਗੀ ਅੱਗੇ ਦੇ ਨਾਲੋਂ ਤੇ ਫਿਰ ਮੈਂ ਆਪਣਾ ਡਿਸੀਜਨ ਲਿੱਤਾ ਤੇ 5 ਤਰੀਕ ਨਾਲ ਤੋਂ 15 ਦਿਨ ਪਹਿਲਾਂ ਮੈਂ ਆਪਣਾ ਆਪਰੇਟ ਕਰਵਾਇਆ ਜਿਹਦੇ ਵਿੱਚ ਮੇਰਾ weight ਸਟਾਰਟਿੰਗ 158 kg ਦੇ ਕਰਾਉਂਡ ਸੀ ਅੱਜ 15 ਦਿਨਾਂ ਬਾਅਦ ਮੈਂ ਮੋਗੇ ਵਿਜ਼ਿਟ ਕਰ ਰਿਹਾ ਇਹਨਾਂ ਕੋ ਆਪਣੇ ਸਟਿਚਿਸ ਖੁਲਵਾਉਣ ਵਾਸਤੇ ਤੇ ਫਸਟ ਫਾਲੋਅਪ ਵਾਸਤੇ ਉਸ ਤੋਂ ਬਾਅਦ ਮੈਂ ਵੀ ਆਪਣਾ 15 ਦਿਨ weight ਨਹੀਂ ਕੀਤਾ ਕਰ ਪਰ ਅੱਜ ਮੈਂ ਆਪਣਾ weight ਜਦੋਂ ਇੱਥੇ ਆਗੇ ਕਰਕੇ ਦੇਖਿਆ ਤੇ ਮੇਰਾ weight 9 ਕਿਲੋ ਘਟ ਚੁੱਕਾ ਹੈ ਮੇਰਾ weight 149 ਦੇ ਅਰਾਊਂਡ ਹੈ ਤੇ ਮੈਨੂੰ ਰੀਅਲੀ ਬਹੁਤ ਖੁਸ਼ੀ ਹੋਈ ਕਿ ਬਿਨਾਂ ਆਪਣੇ ਆਪ ਨੂੰ ਕੰਟਰੋਲ ਕੀਤਿਆਂ ਆਪਣੀਆਂ ਕੁਝ ਆਦਤਾਂ ਸੁਧਾਰ ਕੇ ਤੇ ਆਪਰੇਟ ਕਰਾ ਕੇ ਤੇ ਮੈਂ ਆਪਣੇ ਆਪ ਨੂੰ ਕਿੱਥੇ ਲੈ ਕੇ ਜਾ ਸਕਦਾ ਇਹ ਚੀਜ਼ ਮੈਨੂੰ ਰੀਅਲੀ ਬਹੁਤ ਵਧੀਆ ਲੱਗਾ ਤੇ ਮੈਂ ਸਾਰਿਆਂ ਨੂੰ ਰეკਮੈਂਡ ਕਰਾਂਗਾ ਡਾਕਟਰ ਅਮਨੀ ਸੂਦ ਜੀ ਕੋ ਵਿਜ਼ਿਟ ਕਰੋ ਮੈਨੂੰ ਆਪਣੇ ਸਰੀਰ ਕਰਕੇ ਜੋ ਵੀ ਪ੍ਰੋਬਲਮ ਸੀ ਜਿਵੇਂ ਮੇਰਾ ਹੌਲੀ ਹੌਲੀ ਮੇਰੇ ਘੁੱਟਣਿਆਂ 'ਚ ਦਰਦ ਸ਼ੁਰੂ ਹੋ ਗਿਆ ਸੀ ਜ਼ਿਆਦਾ ਮੈਂ ਚੱਲਾਂ ਤਾਂ ਮੈਨੂੰ ਥੋੜ੍ਹਾ ਥੋੜ੍ਹਾ ਸਾਹ ਚੜਨਾ ਸ਼ੁਰੂ ਹੋ ਰਿਹਾ ਸੀ ਉਦੋਂ ਤੋਂ ਮੈਨੂੰ ਲੱਗ ਰਿਹਾ ਸੀ ਕਿ ਮੈਂ ਬਹੁਤ ਆਪਣੇ ਸਰੀਰ ਨੂੰ ਖਰਾਬ ਕਰਨ ਜਾ ਰਿਹਾ ਉਹ ਮੈਂ ਕਰਕੇ ਹੀ ਆਪਣਾ ਸਰਜਰੀ ਕਰਾਉਣ ਦਾ ਪਲਾਨ ਕੀਤਾ ਤੇ ਆਪਣੀ ਸਰਜਰੀ ਕਰਾਈ ਡਾਕਟਰ ਅਮਨੀ ਸੂਦ ਜੀ ਕੋ ਬਹੁਤ ਚੰਗੀ ਤਰ੍ਹਾਂ ਸਰਚ ਕਰਕੇ ਉਹਨਾਂ ਕੋ ਵਿਜ਼ਿਟ ਕਰਕੇ ਤੇ ਫਿਰ ਉਹਨਾਂ ਕੋ ਵਿਜ਼ਿਟ ਕੀਤਾ ਉਹਨਾਂ ਦਾ ਸਟਾਫ ਨੂੰ ਮਿਲਿਆ ਸਾਰੇ ਜਦੋਂ ਮੇਰੀ ਸਰਜਰੀ ਵਾਲਾ ਦਿਨ ਸੀ ਸਾਰੇ ਸਟਾਫ ਨੇ ਹਰ ਇੱਕ ਨੇ ਬਹੁਤ ਵਧੀਆ ਟ੍ਰੀਟਮੈਂਟ ਕੀਤਾ ਜਿੰਨੇ ਵੀ 2 ਦਿਨ ਇੱਥੇ ਮੈਂ ਰਿਹਾ ਇਹਨਾਂ ਕੋਲ ਵਿਦਿਨ ਆਪਰੇਟ ਹੋਣ ਤੋਂ 2 ਘੰਟੇ ਬਾਅਦ ਆਪਣੇ ਖੁਦ ਮੈਂ ਪਾਉਂ ਤੇ ਚੱਲ ਕੇ ਵਾਸ਼ਰੂਮ ਗਿਆ ਸਭ ਕੁਝ ਫਰੈਸ਼ ਹੋਇਆ ਕੋਈ ਐਸੀ ਪ੍ਰੋਬਲਮ ਨਹੀਂ ਆਈ ਮੈਨੂੰ ਐਸਾ ਲੱਗ ਹੀ ਨਹੀਂ ਰਿਹਾ ਕਿ ਮੈਂ ਇਹਦਾ ਆਪਰੇਟ ਹੋਇਆ ਕੋਈ ਕਿਸੇ ਤਰ੍ਹਾਂ ਦਾ ਬਸ ਮੈਂ ਸਾਰਿਆਂ ਨੂੰ ਇੱਕ ਇਹੀ ਮੈਸੇਜ ਦੇਣਾ ਚਾਹੂੰਗਾ ਕਿ ਸਾਰੇ ਲੋਕ ਆਓ ਜਿਹੜੇ ਵੀ ਆਪਣੇ ਸਰੀਰ ਤੋਂ ਪਰੇਸ਼ਾਨ ਨੇ ਜਾਂ ਜਿਨ੍ਹਾਂ ਨੂੰ ਆਪਣਾ ਚਾਹੀਦਾ ਹੈ ਕਿ ਬਹੁਤ ਵਧੀਆ ਆਪਣੇ ਆਪਣੇ ਕਿਸੇ ਦੇ ਕੋਈ ਪ੍ਰੋਬਲਮ ਸ਼ੁਰੂ ਹੋ ਰਹੀ ਹੈ ਹਲਕਾ ਹੁਲਕਾ ਸਾਹ ਲੈਣ 'ਚ ਪ੍ਰੋਬਲਮ ਆ ਰਹੀ ਹੈ ਤਾਂ weight ਬਹੁਤ ਜ਼ਿਆਦਾ ਐਕਸੈਸਿਵਲੀ ਵੱਧ ਰਿਹਾ ਤਾਂ ਉਹਨੂੰ ਕੰਟਰੋਲ ਕਰਨ ਵਾਸਤੇ ਮੈਟਾਬੋਲਿਕ ਸਰਜਰੀ ਬਾਏ ਡਾਕਟਰ ਅਮਨੀ ਸੂਦ ਸਭ ਤੋਂ ਬੈਸਟ ਹੈ ਤੇ ਸਾਰਿਆਂ ਨੂੰ ਮੈਂ ਰეკਮੈਂਡ ਕਰਾਂਗਾ ਕਿ ਡਾਕਟਰ ਅਮਨੀ ਸੂਦ ਜੀ ਐਡਵਾਂਸ ਕਾਸਮਿਕ ਸੈਂਟਰ ਖੋਲ ਰਹੇ ਨੇ ਇੱਥੇ ਮੋਗਾ ਦੇ ਵਿੱਚ ਜਿਹਦੇ ਵਿੱਚ ਬਹੁਤ ਹੀ ਐਡਵਾਂਸ ਰੋਬੋਟਿਕ ਲੈਪਰੋਸਕੋਪਿਕ ਸਰਜਰੀਜ਼ ਤੇ ਹੋਰ ਇਕਵਿਪਮੈਂਟ ਦੇ ਨਾਲ ਆਪਰੇਟ ਕਰਕੇ ਨਵੀਂ ਟੈਕਨੋਲੋਜੀ ਜੋ ਬਿਲਕੁਲ ਲੇਟੈਸਟ ਹੈ ਜੋ ਸਾਡੇ ਪੰਜਾਬ 'ਚ ਕਿਸੇ ਨੇ ਵੀ ਉਸ ਚੀਜ਼ ਦਾ ਐਕਸਪੀਰੀਅੰਸ ਨਹੀਂ ਕੀਤਾ ਉਹ ਸਾਰਿਆਂ ਨੂੰ ਉਸ ਚੀਜ਼ ਦਾ ਐਕਸਪੀਰੀਅੰਸ ਰਹੇਗਾ ਇੰਟਰਨੈਸ਼ਨਲ ਐਕਸਪੀਰੀਅੰਸ ਇਨ ਪੰਜਾਬ ਮਿਲੇਗਾ ਸੋ ਮੈਂ ਸਾਰਿਆਂ ਨੂੰ ਇਹ ਸੁਜੈਸਟ ਕਰਾਂਗਾ ਕਿ ਕੋਈ ਵੀ ਪੰਜਾਬ ਉਹਦੇ ਸਰਾਊਂਡਿੰਗ ਜਾਂ ਇੰਟਰਨੈਸ਼ਨਲੀ ਕੋਈ ਵੀ ਆ ਕੇ ਆਪਣੀ ਆਪਣੀ ਲੈਪਰੋਸਕੋਪਿਕ ਰਿਲੇਟਿਵ ਸਰਜਰੀਜ਼ ਇਹਨਾਂ ਕੋਲ ਕਰਵਾਵੇ ਇਹਨਾਂ ਦੇ ਸਟਾਫ ਅਤੇ ਹਰ ਚੀਜ਼ 'ਤੇ ਬਹੁਤ ਬੈਸਟ ਫੈਸਿਲਿਟੀਜ਼ ਉਹਨਾਂ ਨੂੰ ਮਿਲਣਗੀਆਂ ਥੈਂਕਸ ਵੈਰੀ ਮੱਚ ਜੀ